ਏਵਨ ਪੰਜਾਬੀ ਵਿੱਚ ਆਪ ਸਭ ਦਾ ਸਵਾਗਤ ਹੈ। ਦੋਸਤੋ, ਕੁਲਬੀਰ ਜ਼ੀਰਾ ਹੁਣ ਪਿੱਛੇ ਮੁੜ ਕੇ ਨਹੀਂ ਵੇਖ ਰਹੇ, ਉਹ ਤਾਂ ਸ਼ਰੇਆਮ ਸਟੇਜਾਂ ਦੇ ਉੱਪਰ ਅਨਾਊਂਸ ਕਰ ਰਹੇ ਨੇ ਕਿ ਮੰਚ ਉੱਪਰ ਬੈਠੇ ਜਿੰਨੇ ਵੀ ਆਫੀਸਰ ਨੇ ਉਹ ਕੀ ਕਰਦੇ ਨੇ, ਇਹ ਸਾਰਾ ਕੁਛ ਉਹਨਾਂ ਨੇ ਕਹਿ ਦਿੱਤਾ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਜਿਹੜੀ ਹੈ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ ਨਸ਼ਿਆਂ ਨੂੰ ਖਤਮ ਕਰਨ ਦੀ, ਪਰ ਕੁਛ ਇੱਕ ਆਫੀਸਰ ਨੇ ਜਿਹੜੇ ਆਫੀਸਰ ਪੰਜਾਬ ਨੂੰ ਜ਼ਲੀਲ ਕਰ ਰਹੇ ਨੇ। ਪਹਿਲਾਂ ਕੁਲਬੀਰ ਜ਼ੀਰੇ ਦਾ ਪੂਰਾ ਤੁਸੀਂ ਬਿਆਨ ਸੁਣ ਸਕਦੇ। ਇਹ ਜਿਹੜੇ ਸਟੇਜ ਤੇ ਬੈਠੇ ਆਲਾ ਅਫਸਰ ਜਿਹੜੇ ਮਹੀਨਾ ਹੁੰਦੇ ਨੇ ਉਹ ਸੁਧਰਦੇ ਤੇ ਨਸ਼ਾ ਮੁਕਤ ਪੰਜਾਬ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਕਰਿਆਂ ਜਾਂ ਆਪਣੇ ਕਰਿਆਂ ਨਹੀਂ ਹੋਣਾ। ਮੇਰੇ ਬੰਦਿਆਂ ਦੀਆਂ ਗੋਲੀਆਂ ਵੱਜੀਆਂ ਸ਼ਰੇਆਮ, ਇੱਧਰ ਵੇਖੋ ਬਾਦਲ ਸਾਹਿਬ ਗੋਲੀਆਂ ਵੱਜੀਆਂ, ਸ਼ਰਾਬ ਦੇ ਠੇਕੇਦਾਰ ਦਾ ਪਰਚੇ ਚੋਂ ਨਾਂ ਕੈਂਸਲ। ਔਰ ਦੋਸਤੋ, ਇੱਥੇ ਬਸ ਨਹੀਂ, ਆਪਣੀ ਸਰਕਾਰ ਦੇ ਉੱਪਰ ਐਡਾ ਵੱਡਾ ਇਲਜ਼ਾਮ ਲਾਉਣਾ, ਉਹ ਵੀ ਜਦੋਂ ਸੱਤਾ ਵਿੱਚ ਹੋਵੇ। ਮੈਨੂੰ ਲੱਗਦਾ ਕਿ ਕਾਂਗਰਸੀਆਂ ਨੂੰ ਸੱਤਾ ਜਿਹੜੀ ਉਹ ਹਜ਼ਮ ਨਹੀਂ ਹੋ ਰਹੀ, ਔਰ ਕਾਂਗਰਸ ਦਾ ਇੱਕ ਸਿਰ ਕੱਢ ਆਗੂ ਚਲਾ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ। ਉਹਨਾਂ ਨੇ ਕੀ ਕਿਹਾ ਸੁਣੋ ਤੁਸੀਂ। ਉਹ ਚਾਹ ਪੁਲਿਸਾਂ ਦੀ ਪਾਰਟੀ ਬਣ ਕੇ ਰਹਿ ਗਈ ਆ, ਹਾਈਜੈਕ ਕਰਨ ਵਾਲੇ ਲੋਕਾਂ ਦੇ ਹੱਥਾਂ 'ਚ ਖੇਡਦੀ ਆ, ਕਿਸੇ ਗਰੀਬ ਦੀ ਕੋਈ ਸੁਣਵਾਈ ਨਹੀਂ। ਬਿਲਕੁਲ ਜੀ ਬਿਲਕੁਲ, ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦਾ ਕੀ ਬਣੇਗਾ, ਖਾਸ ਕਰਕੇ 2019 ਚੜਿਆ ਹੋਇਆ ਆ, 2019 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ, ਅਤੇ ਚੋਣਾਂ ਤੋਂ ਪਹਿਲਾਂ ਜਿਹੜੇ ਝਟਕੇ ਲੱਗ ਰਹੇ ਆ, ਕਿਤੇ ਨਾ ਕਿਤੇ ਇਹਨਾਂ ਝਟਕਿਆਂ ਦੇ ਵਿੱਚ ਕਾਂਗਰਸ ਪਾਰਟੀ ਰੁਲ ਹੀ ਨਾ ਜਾਵੇ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।